ਨਗਰ ਨਿਗਮ ਦੀ ਪੋਲ ਖੁੱਲ੍ਹ ਜਾਂਦੀ ਹੈ ਕਿਉਂਕਿ ਸਾਰੇ ਸੀਵਰੇਜ ਬਲੋਕ ਹੋ ਜਾਂਦੇ ਹਨ, ਪਾਣੀ ਜਿਹੜਾ ਹੈ ਉਹ ਇੰਜ ਫਿਰਦਾ ਹੈ ਜਿਵੇਂ ਕਿ ਕੋਈ ਨਦੀ ਵਹਿ ਰਹੀ ਹੋਏ। ਇਹ ਆਲਮ ਹਰ ਸਾਲ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਮਾਨਸੂਨ ਆਉਂਦੇ ਹਨ ਜਾਂ ਜਦੋਂ ਵੀ ਥੋੜ੍ਹੀ ਬਹੁਤੀ ਬਰਸਾਤ ਹੁੰਦੀ ਹੈ ਉਦੋਂ ਵੀ ਇਹੀ ਕੁਝ ਹੁੰਦਾ ਹੈ। ਪਰ ਸਤੰਬਰ ਦੇ ਮਹੀਨੇ ਦੇ ਵਿੱਚ 2018 ਦੇ ਵਿੱਚ ਇੱਕ ਅਜਿਹਾ ਹਾਦਸਾ ਵਾਪਰਿਆ ਸੀ ਅੰਮ੍ਰਿਤਸਰ ਦੇ ਵਿੱਚ ਜਿਸ ਨਾਲ ਕੋਈ ਜਾਨ ਤਾਂ ਨਹੀਂ ਗਈ ਪਰ ਲੋਕਾਂ ਦੀ ਜਾਨ ਤਾਂ ਜ਼ਰੂਰ ਬਣ ਆਈ ਸੀ। ਉਹ ਹਾਦਸਾ ਹੋਇਆ ਸੀ ਅੰਮ੍ਰਿਤਸਰ ਦੇ ਮਾਲ ਰੋਡ ਦੇ ਉੱਤੇ, ਮਾਲ ਰੋਡ ਦੇ ਵੀ ਉੱਤੇ ਉਸ ਥਾਂ 'ਤੇ ਜਿੱਥੇ ਕਮਿਸ਼ਨਰ ਦੀ ਕੋਠੀ ਹੈ ਉਹਦੇ ਲਗਭਗ ਸਾਹਮਣੇ ਇੱਕ ਬਹੁਤ ਵੱਡਾ ਟੋਇਆ ਪੈ ਗਿਆ ਸੀ ਸੜਕ ਦੇ ਵਿੱਚ ਔਰ ਜਿੱਥੋਂ ਗੱਡੀਆਂ ਹਾਲਾਂਕਿ ਲੰਘਦੀਆਂ ਸਨ ਪਰ ਉਹ ਬਚਾਅ ਹੋ ਗਿਆ ਕਿ ਕਿਸੇ ਦੀ ਜਾਨ ਨਹੀਂ ਗਈ। ਹੁਣ ਇੱਕ ਵਾਰ ਫਿਰ ਥੋੜ੍ਹੀ ਜਿਹੀ ਬਰਸਾਤ ਹੋਈ ਅਤੇ ਉਸੇ ਥਾਂ 'ਤੇ ਸੇਮ ਥਾਂ 'ਤੇ ਜਿੱਥੇ 9 ਮਹੀਨੇ ਲਾ ਕੇ ਰਿਪੇਅਰ ਕਰਵਾਈ ਗਈ ਔਰ ਬਕਾਇਦਾ ਤੌਰ 'ਤੇ ਉਸ ਸੜਕ ਨੂੰ ਬਣਾਇਆ ਗਿਆ, ਆਵਾਜਾਈ ਸ਼ੁਰੂ ਕਰ ਦਿੱਤੀ ਗਈ। ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਹੀ ਤੁਸੀਂ ਇੱਕ ਵਾਰ ਫਿਰ ਉਸੇ ਸੜਕ ਦਾ ਉਸੇ ਥਾਂ 'ਤੇ ਆਲਮ ਦੇਖ ਸਕਦੇ ਹੋ ਕਿ ਕੀ ਹੈ ਕਿ ਇੱਕ ਵਾਰ ਫਿਰ ਅਜਿਹੀ ਸਥਿਤੀ ਹੈ ਕਿ ਇਹ ਸਾਰੀ ਸੜਕ, ਹਾਲਾਂਕਿ ਇਸ ਪਾਸੇ ਵੱਲ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਟ੍ਰੈਫਿਕ ਇਸ ਦੇ ਨਾਲ ਚੱਲ ਰਹੀ ਹੈ। ਪੁਲਿਸ ਨੇ ਹਾਲਾਂਕਿ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਲੋਕ ਇਸ ਪਾਸੇ ਵੱਲ ਨਾ ਆਉਣ ਔਰ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਬਿਲਕੁਲ ਨਾਲ ਨਾਲ ਜਿਹੜੀ ਜਾ ਰਹੀ ਹੈ ਔਰ ਸੜਕ ਜਿਹੜੀ ਹੈ ਇੱਥੋਂ ਧੱਸਦੀ ਜਾ ਰਹੀ ਹੈ, ਇਹਨਾਂ ਵਾਸਤੇ ਵੀ ਖਤਰਾ ਹੈ। ਔਰ ਇਸ ਦੇ ਨਾਲ ਹੀ ਇਸ ਪਾਸੇ ਵੱਲ ਕਮਿਸ਼ਨਰ ਦੀ ਕੋਠੀ ਹੈ ਔਰ ਇਸ ਦੇ ਪਿਛਲੇ ਪਾਸੇ ਜਿਹੜੇ ਇਸ ਪਾਸੇ ਵੱਲ ਰਿਹਾਇਸ਼ ਹੈ, ਉਦੋਂ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਇੱਕ ਬਹੁਤ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਗਿਆ ਔਰ ਪਰ ਇੱਕ ਵਾਰ ਫਿਰ ਸਥਿਤੀ ਜਿਹੜੀ ਹੈ ਉੱਦਾਂ ਦੀ ਨਜ਼ਰ ਆ ਰਹੀ ਹੈ। ਹਾਲੇ ਤਾਂ ਮੌਨਸੂਨ ਸ਼ੁਰੂ ਹੋਣਾ ਹੈ, ਉਸ ਤੋਂ ਪਹਿਲਾਂ ਹੀ ਇਹ ਆਲਮ ਹੈ ਅਤੇ ਅੱਗੇ ਅੱਗੇ ਕੀ ਹੋਏਗਾ ਇਸ ਪੂਰੇ ਮਾਮਲੇ ਬਾਰੇ। ਹੋ ਸਕਦਾ ਇਸ ਦੇ ਵਿੱਚ ਕੋਈ ਗੋਲਮਾਲ ਹੋਇਆ ਹੋਏ ਕਿ ਜਿਸ ਢੰਗ ਦਾ, ਜਿਸ ਘਟੀਆ ਮਟੀਰੀਅਲ ਯੂਜ਼ ਕੀਤਾ ਗਿਆ ਜਿਸ ਕਰਕੇ ਆ ਸੜਕ ਜਿਹੜੀ ਹੈ ਉਹ ਕੁਝ ਮਹੀਨੇ ਵੀ ਨਹੀਂ ਚੱਲ ਸਕੀ। ਉਸ ਬਾਰੇ ਗੱਲਬਾਤ ਕਰਨ ਲਈ ਮਨਦੀਪ ਸਿੰਘ ਮੰਨਾ, ਜਿਹੜੇ ਕਿ ਅਕਸਰ ਅਜਿਹੇ ਕੰਮਾਂ ਦੀ ਪੋਲ ਖੋਲ੍ਹਦੇ ਰਹਿੰਦੇ ਹਨ, ਉਹਨਾਂ ਨਾਲ ਗੱਲਬਾਤ ਕਰਾਂਗੇ। ਮਨਦੀਪ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਆਹ ਜਿਹੜਾ ਤੁਸੀਂ ਦੇਖ ਰਹੇ ਹੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਸਾਹਮਣੇ ਸਭ ਕੁਝ ਨਜ਼ਰ ਆ ਰਿਹਾ, ਕੀ ਕਹਿਣਾ ਚਾਹੋਗੇ? ਇਸ ਸ਼ਹਿਰ ਦੀ ਕਹਿ ਲਓ ਜਾਂ ਇਸ ਦੇਸ਼ ਦੀ ਕਹਿ ਲਓ ਬੜੀ ਵੱਡੀ ਬਦਕਿਸਮਤੀ ਹੈ ਕਿ ਇੱਥੇ ਕੋਈ ਵੀ ਕੁਤਾਹੀ ਕਰਦਾ ਉਹਨੂੰ ਕੋਈ ਸਜ਼ਾ ਨਹੀਂ ਮਿਲਦੀ। ਇਹ ਸਤੰਬਰ ਮਹੀਨੇ 'ਚ ਪਿਛਲੇ ਸਾਲ ਇਹ ਸੜਕ ਟੁੱਟੀ ਸੀਗੀ ਬਰਸਾਤਾਂ ਦੇ ਕਰਕੇ, ਕਿਉਂਕਿ ਸੜਕ ਠੀਕ ਤਰੀਕੇ ਨਾਲ ਨਹੀਂ ਸੀ ਬਣਾਈ ਗਈ। ਜੁਆਇੰਟ ਕਮਿਸ਼ਨਰ ਨੇ, ਮੈਂ ਇੱਥੇ ਖੁਲਾਸਾ ਕਰਨ ਲੱਗਾ, ਇੱਕ ਰਿਪੋਰਟ ਦਿੱਤੀ ਹੈ, ਕੋਈ ਕਾਰਵਾਈ ਨਹੀਂ ਕਰਦੇ, ਨਾ ਹੀ ਉਹਨੂੰ ਜਨਤਕ ਕਰਦੇ ਨੇ। ਅਜੇ ਲੋਕ ਟੈਕਸ ਦਿੰਦੇ ਨੇ ਹਰ ਚੀਜ਼ ਦਾ, ਲੋਕ ਹਿਸਾਬ ਪੁੱਛਣ ਦਾ ਹੱਕ ਰੱਖਦੇ ਨੇ। ਉਹਨੇ ਦੱਸਿਆ ਕਿ ਜਦੋਂ ਇਹ ਸੜਕ ਬਣਾਈ ਗਈ, BRTS ਪ੍ਰੋਜੈਕਟ ਚੱਲਦਾ ਸੀਗਾ, 5 ਕੁ 6 ਪਾਈਪ ਹੀ ਨਹੀਂ ਪਾਏ ਗਏ, ਐਡੀ ਵੱਡੀ ਕੁਤਾਹੀ ਕੀਤੀ ਗਈ ਸੀ ਜਿਹਦੇ ਕਰਕੇ ਸੜਕ ਬਹਿ ਗਈ ਸੀਗੀ। ਉਦੋਂ ਵੀ ਇਹਨਾਂ 9 ਮਹੀਨੇ ਸੜਕ ਨਹੀਂ ਬਣਾਈ। ਮੈਂ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਕਿ ਆ ਨੁੱਕਰ 'ਤੇ ਕਮਿਸ਼ਨਰ ਦੀ ਕੋਠੀ ਹੈ, ਰੋਜ਼ ਇੱਥੋਂ ਨਿਕਲ ਕੇ ਜਾਣਾ, ਰੋਜ਼ ਅੰਦਰ ਆਉਣਾ, ਅਤੇ ਉਹਨਾਂ ਨੂੰ ਇੰਨੀ ਸ਼ਰਮ ਨਹੀਂ ਆਈ ਵੀ ਮੇਰੇ ਘਰ ਦੇ ਬਾਹਰ ਇਹ ਸੜਕ ਦਾ ਮੈਂ ਛੇਤੀ ਤੋਂ ਛੇਤੀ ਕੰਮ ਕਰਾਵਾਂ। ਅਖੀਰ ਦੇ ਵਿੱਚ ਜਨਵਰੀ ਕਿ ਫਰਵਰੀ ਦੇ ਵਿੱਚ ਅਸੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਕਿ ਅਸੀਂ ਇੱਥੇ ਕਾਰ ਸੇਵਾ ਚਲਾ ਦੇਣੀ ਹੈ, ਲੋਕਾਂ ਕੋਲੋਂ ਭਾਵੇਂ ਸਮਾਨ ਮਟੀਰੀਅਲ ਮੰਗਾਂਗੇ, ਪੈਸਾ ਨਹੀਂ ਮੰਗਣਾ, ਔਰ ਇਹ ਸੜਕ ਜਿਹੜੀ ਤਿਆਰ ਕੀਤੀ ਜਾਊ। ਫਿਰ ਇਹਨਾਂ ਨੂੰ ਸ਼ਰਮ ਆਈ ਅਤੇ ਇਹਨਾਂ ਨੇ ਇਹ ਕੰਮ ਸ਼ੁਰੂ ਕਰਾਇਆ। ਉਦੋਂ ਮੈਂ ਇਹਨਾਂ ਨੂੰ ਆਗਾਹ ਕੀਤਾ ਸੀਗਾ ਕਿ ਆਹ ਜਿਹੜੀ ਦੀਵਾਰ ਤੁਸੀਂ ਬਣਾਈ ਹੈ 30 ਲੱਖ ਦੇ ਕਰੀਬ, ਇਹ ਅਗਲੇ ਪਾਸੇ ਤੁਸੀਂ ਦੀਵਾਰ ਨਹੀਂ ਬਣਾਈ, ਇੱਥੋਂ ਇਹ ਸੜਕ ਬਹਿ ਜਾਣੀ ਹੈ। ਮੈਂ ਇੱਕ ਨੌਨ ਟੈਕਨੀਕਲ ਬੰਦਾ ਜਾਂ ਤੁਸੀਂ ਵੇਖ ਕੇ ਕਹਿ ਸਕਦੇ ਹੋ, ਇੱਥੇ ਮੀਡੀਆ ਆਇਆ ਸੀਗਾ ਸਾਰਾ, ਉਹਨਾਂ ਔਨ ਰਿਕਾਰਡ ਹੈ ਮੇਰੀਆਂ ਗੱਲਾਂ। ਉਦੋਂ ਮੈਂ ਕਿਹਾ ਸੀ ਸੜਕ ਅੱਗੋਂ ਬਹਿ ਜਾਣੀ ਹੈ, ਇਹਨਾਂ ਦੇ JEE SDO SC ਕਹਿੰਦੇ ਜੀ ਨਹੀਂ ਇਹ ਹੋ ਹੀ ਨਹੀਂ ਸਕਦਾ, ਅਤੇ ਅੱਜ ਉਹ ਹਾਲਾਤ ਹੋ ਗਏ। ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਾਹਦੀਆਂ ਤਨਖਾਹਾਂ ਮਿਲਦੀਆਂ ਨੇ ਯਾਰ, SDO ਨੂੰ, JEE ਨੂੰ, XCN ਨੂੰ, SC ਨੂੰ, ਜੇ ਇੰਨੇ ਟੈਕਨੀਕਲ ਨੌਲੇਜ ਨਹੀਂ ਹੈਗੀ ਇਹਨਾਂ ਨੂੰ। 40 ਲੱਖ ਦਾ ਇਹ ਕੰਮ ਕੀਤਾ ਗਿਆ, 40-50 ਲੱਖ ਦੇ, ਅਤੇ ਹਿੰਦੁਸਤਾਨ 'ਚ ਇਹ ਆਮ ਹੈ ਕਿ ਕਮਿਸ਼ਨਾਂ ਹਰ ਬੰਦੇ ਦੀਆਂ ਫਿਕਸ ਨੇ, ਚਾਹੇ JEE ਹੈ, ਚਾਹੇ SDO ਹੈ, ਚਾਹੇ XCN ਹੈ, ਚਾਹੇ ਕਮਿਸ਼ਨਰ ਤੱਕ ਕਮਿਸ਼ਨਾਂ ਜਾਂਦੀਆਂ ਨੇ। ਉਹਨਾਂ ਨੇ ਆਪਣੀਆਂ ਕਮਿਸ਼ਨਾਂ ਖਾ ਲਈਆਂ, ਕੰਮ ਵੱਲ ਧਿਆਨ ਨਹੀਂ ਦਿੱਤਾ। ਹੁਣ ਦੁਬਾਰਾ ਤੁਸੀਂ ਪੁੱਛੋ, ਮੇਅਰ ਨੂੰ ਪੁੱਛਿਓ, ਕਮਿਸ਼ਨਰ ਨੂੰ ਪੁੱਛਿਓ, ਕਹਿਣਗੇ ਹਾਂਜੀ ਦੁਬਾਰਾ ਸੜਕ ਬਣਾ ਦਿਆਂਗੇ ਜੀ। ਸਵਾਲ ਇਹ ਬਣਦਾ ਕਿ ਦੁਬਾਰਾ ਸੜਕ ਕਿਹਦੇ ਪੈਸਿਆਂ ਨਾਲ ਬਣੇਗੀ? ਲੋਕਾਂ ਦਾ ਦਿੱਤਾ ਟੈਕਸ ਤੁਸੀਂ ਦੁਬਾਰਾ ਉਜਾੜ ਦੋਗੇ? ਤੁਹਾਡੇ ਪਿਓ ਦੇ ਪੈਸੇ ਤਾਂ ਨਹੀਂ ਹੈਗੇ ਯਾਰ, ਤੁਹਾਡੀਆਂ ਕੋਈ ਜਾਇਦਾਦਾਂ ਵੇਚ ਕੇ ਪੈਸੇ ਤਾਂ ਨਹੀਂ ਲਾਉਣੇ? ਲੋਕਾਂ ਦੇ ਪੈਸੇ ਨਾਲ ਖਿਲਵਾੜ ਕੀਤਾ ਜਾਂਦਾ? ਔਰ ਇਹ ਉਦੋਂ ਵੀ ਐਡਾ ਵੱਡਾ ਹਾਦਸਾ ਹੋਇਆ ਸੀਗਾ, ਇਹ ਸਾਰੀ ਸੜਕ ਬਹਿ ਗਈ ਸੀ, ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ? ਇਹ ਨਹੀਂ ਹੈਗਾ ਕਿ ਕੋਈ ਸਾਡਾ ਪ੍ਰਸ਼ਾਸਨ ਬੜਾ ਵਧੀਆ ਹੈ ਜਾਂ ਸਾਡੀਆਂ ਫੈਸਿਲਿਟੀਜ਼ ਬੜੀਆਂ ਵਧੀਆ ਨੇ, ਜਾਨ ਮਾਲ ਦਾ ਨੁਕਸਾਨ ਨਹੀਂ ਹੁੰਦਾ? ਇੱਥੇ ਸਿਰਫ ਗੁਰੂ ਦੀ ਕਿਰਪਾ ਹੈ, ਗੁਰੂ ਨਗਰੀ ਦੇ ਵਿੱਚ ਵੀ ਲੋਕ ਬਚ ਜਾਂਦੇ ਨੇ, ਉਦੋਂ ਵੀ ਬੰਦਿਆਂ ਦੀਆਂ ਜਾਨਾਂ ਬਚ ਗਈਆਂ ਸੀ, ਅੱਜ ਵੀ ਇਹ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਕੋਈ ਇੱਥੋਂ ਗੱਡੀ, ਕੋਈ ਬੱਚਾ, ਕੋਈ ਗੱਡੀ ਦੇ ਵਿੱਚ ਬੈਠੇ ਕਿੰਨੇ ਲੋਕ ਮਰ ਸਕਦੇ ਸੀਗੇ ਇਹਨਾਂ ਲੋਕਾਂ ਦੇ ਉੱਤੇ? ਜਿਵੇਂ ਕਿਸੇ ਦੇ ਪਰਚਾ ਦਰਜ ਹੁੰਦਾ 307 ਦਾ, ਕਿ ਜਾਨੀ ਹਮਲੇ ਦਾ ਕੋਈ, ਉਹਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ, ਇਹਨਾਂ ਲੋਕਾਂ ਦੇ ਉੱਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ। ਔਰ ਅੱਜ ਬੜੀ ਵਧੀਆ ਗੱਲ ਹੈ, ਇੱਕ NGO ਅੱਗੇ ਆਈ ਹੈ, ਉਹ ਮੇਰੇ ਖਿਆਲ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਵੀ ਦੇਣ ਚੱਲੇ ਨੇ ਕਿ ਇਹਨਾਂ ਅਧਿਕਾਰੀਆਂ ਦੇ ਖਿਲਾਫ
और इन्ह ठेकेदार के खिलाफ जोड़ा 420 का 307 का परचा दर्ज किया जाए। और ये मैं शहर के लीडर भी कहना चाहना, साढ़े एम पी साहब अज महीना हो गया जित के दिल्ली ही नहीं मुड़े, सहु तो एक दिन चुकनी सी। इसे जगह के उत्ते नवजोत कौर सिद्धू आए थे, इसे जगह के उत्ते रजिंदर मोहन शीना आए थे, इसे जगह के उत्ते गुरजीत औजला आए थे शहर, इसे जगह के उत्ते नील जोशी आए थे। की गल उन्हां दी सरकार है, जोशी नूं छड्ड दो, बाकी तो राजभाग आले ने ना वो अपने काम का ध्यान भी नहीं रख सकते यार, चंगा होया कि नहीं होया। तो जे हुणे माड़ा काम हो गया तो इन्हां दे खिलाफ कार्रवाई, सड़क बनाउण तो पहला इन्हां दे खिलाफ कार्रवाई होनी चाहीदी है। इहदे नाल नाल मैं इत्थे अकाली दल वालों भी कहना, कादी यार तुसी आपोजिशन नभाउंदे हो, बीजेपी वाले कादी तुसी आपोजिशन नभाउंदे हो, जे वर्दियां दा इशू उठिया तो तुसी एक दूजे के खिलाफ नहीं बोलते, मैच फिक्सिंग तुहाडी चलती है। इन्हां मद्दियां दे उत्ते जनता की जिहड़ी नुकसान होया उहदी भरपाई कराओ, इन्हां लोकां नूं हरजाना लगना चाहिए। मैं अपने भैन जी हरसिमरत होणा नूं भी कहना कि तुसी डीसी साहब नूं एक फोन किया सीगा किहड़े जिले दे विच देर इज़ बिग टोया, अज मैं तुहानूं कहना देर इज़ बिग टोया, इधर भी ध्यान करो आके तो इत्थे भी आके जरा इन्हां दा इन्हां को हिसाब मंगो। तुसी आपोजिशन चो कली कली पाई पाई का हिसाब मंगना तुहाडा फर्ज बनता है। मैं तो एवें लगा रही ना मेरे को आता, मैं फिर भी जिहड़ा ये धक्का है जर नहीं सकता, मैं अपनी आवाज़ बुलंद करता रहना, इन्हां दे उत्ते कोई असर नहीं हुंदा। इन्हां दे खिलाफ जिन्नी मर्जी कंप्लेंटा पा लो, ये सब चोर कुत्ती रले ने। जे मैं कह लवां कि कुदरत का वरतारा वेखो, सप्प खेड़दे मोरां नाल, हुक्मरान की बुरकी सांझी हो गई रिश्वतखोरां नाल, कित्थे जा के रोईए रब्बा, कुत्ती रल गई चोरां नाल। यह वाकई ही बहुत वड्डा इशू है और बहुत वड्डा खतरा बनया होया है अमृतसर वासियों के वास्ते, अमृतसर के लोगों वास्ते, क्योंकि इत्थों बहुत ट्रैफिक जाती है, मुख्य रोड है, माल रोड है अमृतसर का। और शर्म की गल यह है कि इसे थान पर ही कमिश्नर कारपोरेशन की कोठी है, पर उसके बावजूद भी एडा वड्डा जड़ा एक कह सकते हैं कि प्रशासन के हथों जी अणगहली एड्डी वड्डी हुई है वो उन्हां दी नज़रां दे विच नहीं आई। और हुण अज जदों कि एक बार फिर वरतारा वापर गया है, उस तो बाद इत्थे हुण कारपोरेशन के अधिकारी पहुँच रहे हैं, हो सकता थोड़ी देर बाद नगर निगम के कमिश्नर भी पहुँचन या मेयर भी पहुँचन, हुण वो इसका जायजा लैणगे और कहणगे कि इसनूं थोड़ी देर दे विच बना दिता जाएगा। पर वार वार लोग एक किन्नी देर तक सहणगे। वीडियो जर्नलिस्ट विशाल शर्मा के नाल राजेश गिल, लिविंग इंडिया न्यूज़, अमृतसर।